Most of my patients who come to me have tried to commit suicide. ਜਾਂ ਉਹਨਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਹੈ, ਜਾਂ ਉਹ ਡਿਪਰੈਸ਼ਨ 'ਚ ਜਾ ਰਹੇ ਹੁੰਦੇ ਆ, ਜਾਂ ਉਹਨਾਂ ਦੀ ਬੇਚੈਨੀ ਬੜੀ ਹੁੰਦੀ ਹੈ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਮਾਨਸਿਕ ਸਰੀਰਕ ਪ੍ਰੋਬਲਮਸ ਆ ਰਹੀਆਂ ਹੁੰਦੀਆਂ। ਤੁਹਾਨੂੰ ਹੈਰਾਨੀ ਹੋਏਗੀ ਕਿ ਮੇਰੇ ਕੋਲ ਜਿੰਨੇ ਪੇਸ਼ੈਂਟਸ ਦਾਖਲ ਹੁੰਦੇ ਆ ਉਹਨਾਂ 'ਚੋਂ 70% ਇਹੋ ਜਿਹੇ ਪੇਸ਼ੈਂਟ ਦਾਖਲ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਿਜ਼ੀਕਲ ਪ੍ਰੋਬਲਮਸ ਆਉਂਦੀਆਂ, ਜਾਂ ਉਹਨਾਂ ਦੇ ਕੋਈ ਪੇਨਸ ਹੁੰਦੀਆਂ, ਜਾਂ ਉਹਨਾਂ ਦੀ ਮਾਈਗ੍ਰੇਨ ਹੁੰਦੀ ਹੈ, ਜਾਂ ਉਹਨਾਂ ਦੇ ਸਰਵਾਈਕਲ ਹੁੰਦਾ, ਜਾਂ ਉਹਨਾਂ ਦੇ ਸ਼ੋਲਡਰ ਪੇਨ ਹੈ, ਜਾਂ ਕੋਈ ਬੈਕ ਪੇਨ ਹੈ, ਜਾਂ ਕੋਈ ਇਹੋ ਜਿਹੀ ਚੀਜ਼ ਹੈ, ਜਾਂ ਪੇਟ ਦੀ ਕੋਈ ਦਰਦ ਹੈ, ਜਾਂ ਚੈਸਟ ਦੀ ਕੋਈ ਦਰਦ ਹੈ। ਮੇਰੇ ਕੋਲ ਹੁਣ ਵੀ ਉੱਪਰ ਪੇਸ਼ੈਂਟ ਦਾਖਲ ਹੈਗੇ ਆ ਜਿਨ੍ਹਾਂ ਦੇ ਵਿੱਚ ਚੈਸਟ ਦੀ ਪੇਨ ਚੱਲ ਰਹੀ ਹੈ। ਅਸਲ 'ਚ ਕੀ ਗੱਲ ਕੀ ਹੈ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਆਪਣੇ ਸਾਡੇ ਵਸ 'ਚ ਨਹੀਂ ਰਹਿੰਦੀ, ਬੇਵਸੀ ਰਹਿੰਦੀ ਹੈ ਨਾ, ਇਹ ਸਾਡੀ ਜ਼ਿੰਦਗੀ ਦੀ ਬਹੁਤ ਵੱਡੀ ਮਾਨਸਿਕ ਅਤੇ ਸਰੀਰਕ ਤਕਲੀਫ ਬਣ ਜਾਂਦੀ ਹੈ। ਮੈਂ ਕਈ ਪੇਸ਼ੈਂਟ, ਇੱਕ ਮੇਰੇ ਕੋਲ ਪੇਸ਼ੈਂਟ ਆਈ ਜਿਹੜੀ ਕਹਿੰਦੀ ਮੈਨੂੰ ਨੀਂਦਰ ਨਹੀਂ ਆਉਂਦੀ। ਹੁਣ ਨੀਂਦਰ ਨਾ ਆਉਣੀ ਇੱਕ ਡਿਫਰੈਂਟ ਸਟੇਟ ਆਫ ਮਾਇੰਡ ਹੈ। ਨੀਂਦ ਕਿਉਂ ਨਹੀਂ ਆ ਰਹੀ, ਉਹਦੇ ਪਿੱਛੇ ਇੱਕ ਸਾਈਕੋਡਾਇਨਾਮਿਕਸ ਹੈ, ਬ੍ਰੇਨ ਦੇ ਵਿੱਚ ਕਿਹੜੀ ਇੱਕ ਚੀਜ਼ ਚੱਲ ਰਹੀ ਹੈ ਜਿਸ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ। ਮੈਨੂੰ ਵੱਡੀ ਗੱਲ ਨਹੀਂ ਲੱਗੀ, ਪਰ ਮੈਨੂੰ ਲੱਗੀ ਗੱਲ ਕਿ ਉਸ ਲੇਡੀ ਨੇ ਕਿਹਾ ਕਿ ਮੈਂ ਫਰਨੈਲ ਪੀ ਲਈ ਹੈ ਇਸ ਕਰਕੇ ਕਿਉਂਕਿ ਮੈਨੂੰ ਨੀਂਦਰ ਨਹੀਂ ਆਉਂਦੀ। ਜੇ ਮੈਨੂੰ ਨੀਂਦਰ ਆਉਂਦੀ ਵੀ ਹੈ ਤਾਂ ਉਹ ਮੈਨੂੰ ਗੋਲੀਆਂ ਖਾ ਕੇ ਆਉਂਦੀ ਹੈ, ਮੈਨੂੰ ਇਹੋ ਜਿਹੀ ਨੀਂਦਰ ਨਹੀਂ ਚਾਹੀਦੀ, ਮੈਨੂੰ ਆਪਣੀ ਤਸੱਲੀ ਵਾਲੀ ਓਰਿਜਨਲ ਨੀਂਦਰ ਚਾਹੀਦੀ ਹੈ ਜਿਹੜੀ ਕਿ ਓਰਿਜਨਲ ਨੀਂਦਰ ਮੈਨੂੰ ਨਹੀਂ ਆ ਰਹੀ। ਹੁਣ ਓਰਿਜਨਲ ਨੀਂਦਰ ਕਿਉਂ ਨਹੀਂ ਆ ਰਹੀ? ਕਿਉਂਕਿ ਦਿਮਾਗ ਦੇ ਵਿੱਚ ਇੱਕ ਅਲਾਰਮ ਹੈ ਜਿਹੜਾ ਬੰਦ ਨਹੀਂ ਹੁੰਦਾ ਪਿਆ, ਜਿਹੜਾ ਮੈਂ ਤੁਹਾਨੂੰ ਦੱਸਿਆ ਸੋਚ ਦੇ ਫੋਰਮ ਦੇ ਵਿੱਚ ਓਬਸੈਸ਼ਨ ਜਿਹੜੀ ਹੈ ਉਹ ਫਸ ਗਈ ਹੈ, ਜਿਹਦੇ ਕਰਕੇ ਉਹ ਬੰਦ ਨਹੀਂ ਕਰ ਪਾ ਰਹੀ। ਉਹ ਨਹੀਂ ਬੰਦ ਕਰ ਰਹੀ ਅਤੇ ਉਹਨੂੰ ਨੀਂਦਰ ਨਹੀਂ ਆ ਰਹੀ। ਹੁਣ ਉਹਦੇ ਵਿੱਚ ਇੱਕ ਐਡਿਡ ਫੈਕਟਰ ਹੋ ਗਿਆ ਕਿ ਪਹਿਲਾਂ ਤਾਂ ਇੱਕ ਹੋਰ ਪ੍ਰੋਬਲਮ ਸੀਗੀ, ਹੁਣ ਉਹਦੇ ਮਨ ਦੇ ਵਿੱਚ ਇੱਕ ਸੋਚ ਅੜ ਗਈ ਹੈ ਕਿ ਉਹਨੂੰ ਨੀਂਦਰ ਨਹੀਂ ਆਉਂਦੀ, ਇਸ ਕਰਕੇ ਉਹਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ ਚਾਹੀਦਾ। ਇਹ ਹੈ ਇਹ ਪ੍ਰੋਬਲਮ। ਹੁਣ ਬੰਦਾ ਕਰੇਵ ਕਰਦਾ। ਅੱਛਾ, ਤੁਸੀਂ ਕੀ ਕਰਦੇ ਹੋ ਕਿ ਫਿਰ ਕਿਸੇ ਨਾ ਕਿਸੇ ਤਰੀਕੇ ਆ ਕੇ ਆਪਾਂ ਹੈਲਪ ਲੈਂਦੇ ਹਾਂ? ਸਾਨੂੰ ਇਹ ਲੱਗਦਾ ਹੁੰਦਾ ਸਾਡੀ ਇਮੀਜੀਏਟ ਰਿਲੀਫ ਮਿਲ ਜਾਏ, ਸਾਨੂੰ ਕਿਸੇ ਵੀ ਤਰ੍ਹਾਂ ਰਿਲੀਫ ਮਿਲ ਜਾਏ, ਸਾਨੂੰ ਇਹ ਮਨ 'ਚੋਂ ਸੋਚ ਜਿਹੜੀ ਹੈ ਨਿਕਲ ਜਾਏ, ਜਾਂ ਸਾਡਾ ਫਿਜ਼ੀਕਲ ਡਿਸਆਰਡਰ ਠੀਕ ਹੋ ਜਾਏ, ਸਿਰ ਦਰਦ ਠੀਕ ਹੋ ਜਾਏ, ਜਾਂ ਕਿਸੇ ਤਰ੍ਹਾਂ ਅਸੀਂ ਤੰਦਰੁਸਤ ਲੱਗਣ ਲੱਗ ਪਈਏ। ਇਹ ਚੀਜ਼ਾਂ ਕੁਛ ਨਾ ਕੁਛ ਮੈਡੀਸਨਸ ਮਦਦ ਕਰਦੀਆਂ ਅਤੇ ਅਸੀਂ ਇਹਨਾਂ ਨੂੰ ਕੱਪ ਕਰ ਲੈਂਦੇ ਹਾਂ। ਪਰ ਜਦੋਂ ਤੁਸੀਂ ਇਸ ਚੀਜ਼ 'ਚੋਂ ਆਜ਼ਾਦ ਹੁੰਦੇ ਹੋ ਨਾ, ਹੈਰਾਨੀ ਦੀ ਗੱਲ ਇਹ ਆਉਂਦੀ ਹੈ ਕਿ ਇੱਕ ਪੇਸ਼ੈਂਟ ਇੰਨੀ ਤੰਗੀ ਦੇ ਨਾਲ, ਇੰਨੀ ਮੁਸ਼ਕਲ ਹਾਲਾਤ 'ਚੋਂ ਲੰਘ ਕੇ ਇਸ ਓਬਸੈਸ਼ਨ ਦੇ ਵਿੱਚੋਂ ਆਜ਼ਾਦ ਹੁੰਦਾ ਹੈ। ਪਰ ਜਿਉਂ ਜਿਉਂ ਆਜ਼ਾਦ ਹੁੰਦਾ ਨਾ, ਉਹਦੇ ਮਨ 'ਚ ਇੱਕ ਫਿਰ ਕਰੇਵਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਫੋਰ ਦਾ ਸੇਮ ਥੋਟ। ਮਤਲਬ ਜੇ ਉਸ ਬੰਦੇ ਨੂੰ ਇੰਨੀ ਤਕਲੀਫ ਲੰਘੀ ਹੈ ਤਾਂ ਫਿਰ ਕਹੇ ਕਿ ਮੈਨੂੰ ਇੱਕ ਗਲਾਸ ਦਿਓ ਜੀ, ਮੈਂ ਗਲਾਸ ਦੇ ਵਿੱਚ ਕੁਝ ਪੀਣਾ ਚਾਹੁੰਦਾ, ਸੇਮ ਇਹ ਬਿਮਾਰੀ ਹੈ। ਕਰੇਵਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਕਰੇਵ ਆਉਂਦੀ ਹੈ, ਕਰੇਵ, ਹੀ ਕਰੇਵਸ ਫੋਰ ਇਟ, ਹੀ ਇਜ਼ ਲੁਕਿੰਗ ਫੋਰ। ਉਹਦੇ ਅੰਦਰ ਇੱਕ ਖਾਲੀਪਨ ਆ ਜਾਂਦਾ ਕਿ ਓਬਸੈਸ਼ਨ ਗਈ, ਇਹ ਖਾਲੀਪਨ ਆ ਗਿਆ, ਹੁਣ ਉਹ ਖਾਲੀਪਨ ਨੂੰ ਪੂਰਾ ਕਰਨ ਵਾਸਤੇ ਫਿਰ ਕੋਈ ਨਾ ਕੋਈ ਚੀਜ਼ ਜ਼ਰੂਰ ਲੱਭ ਰਿਹਾ। ਮੇ ਬੀ ਅੱਜ ਉਹ ਡਰੱਗ ਨਹੀਂ ਲੱਭ ਰਿਹਾ, ਮੇ ਬੀ ਅੱਜ ਉਹ ਗਲਾਸ ਨਹੀਂ ਲੱਭ ਰਿਹਾ, ਮੇ ਬੀ ਅੱਜ ਕੁਛ ਹੋਰ ਚੀਜ਼ ਲੱਭ ਰਿਹਾ। ਉਹਨੂੰ ਲੱਗਦਾ ਕਿ ਹੁਣ ਉਹ ਸਬਸਟੀਚਿਊਟ ਚੀਜ਼ ਜਿਹੜੀ ਆਏਗੀ ਨਾ, ਉਹ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਰਾਹਤ ਦੇਗੀ। ਪਰ ਉਹ ਜਿਹੜੀ ਚੀਜ਼ ਸਬਸਟੀਚਿਊਟ ਚੀਜ਼ ਆਉਂਦੀ ਹੈ ਨਾ, ਉਹ ਵੀ ਉਹਨੂੰ ਉਸੇ ਓਬਸੈਸ਼ਨ ਜਾਂ ਉਸੇ ਪ੍ਰੋਸੈਸ ਦੇ ਵਿੱਚ ਪਾ ਦਿੰਦੀ ਹੈ, ਫਿਰ ਉਹਦੇ ਕੋਲੋਂ ਉਹੀ ਕੰਪਲਸਿਵ ਐਕਟ ਕਰਾਉਂਦੀ ਹੈ ਜਿਹੜੇ ਕਿ ਓਬਸੈਸ਼ਨਸ ਕਰਾ ਰਹੇ ਹੁੰਦੇ ਆ। ਐਂਡ ਬੰਦੇ ਨੂੰ ਪਤਾ ਕੀ ਲੱਗਦਾ? ਬੰਦੇ ਨੂੰ ਇਹ ਲੱਗਦਾ ਕਿ ਮੈਂ ਆਪਣੀ ਮਰਜ਼ੀ ਨਾਲ ਕਰ ਰਿਹਾ, ਬੰਦੇ ਨੂੰ ਲੱਗਦਾ ਕਿ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀ ਰਿਹਾ, ਇਹ ਮੇਰੀ ਜ਼ਿੰਦਗੀ ਹੈ, ਇਟਸ ਮਾਈ ਲਾਈਫ, ਲੈਟ ਮੀ ਲਿਵ ਇਟ ਮਾਈ ਵੇ, ਮੈਂ ਆਪਣੀ ਜ਼ਿੰਦਗੀ ਬਰਬਾਦ ਕਰਾਂ, ਠੀਕ ਕਰਾਂ, ਜੋ ਮਰਜ਼ੀ ਇਸ ਆਪਣੀ ਜ਼ਿੰਦਗੀ ਨਾਲ ਕਰਾਂ, ਹੈ ਤਾਂ ਮੇਰੀ ਲਾਈਫ ਹੀ ਹੈ। ਇਨਫੈਕਟ ਉਹ ਬੰਦਾ ਆਪਣੀ ਮਰਜ਼ੀ ਨਾਲ ਨਹੀਂ ਕਰ ਰਿਹਾ ਹੁੰਦਾ, ਹੀ ਇਜ਼ ਬੀਂਗ ਇਨਫਲੂਐਂਸਡ ਬਾਈ ਬਿਕੋਜ਼ ਆਫ ਓਬਸੈਸ਼ਨਸ, ਡਿਪਰੈਸ਼ਨ, ਐਂਗਜ਼ਾਇਟੀ, ਬੇਚੈਨੀ, ਉਹਦੀਆਂ ਫਿਜ਼ੀਕਲ ਨੀਡਸ, ਉਹਦੀਆਂ ਫਿਜ਼ੋਲੋਜੀਕਲ ਨੀਡਸ, ਉਹਦੇ ਅੰਦਰ ਫਿਜ਼ੋਲੋਜੀਕਲ ਨੀਡਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਜ਼ੋਲੋਜੀਕਲ ਨੀਡਸ ਹੁੰਦਾ ਉਹਦੀ ਹਾਰਟ ਬੀਟ, ਉਹਦੀ ਸਾਹ ਰਹਿਣ ਦੀ ਕਿਰਿਆ, ਉਹਦੇ ਅੰਦਰ ਦਾ ਕੁਛ ਮਤਲਬ ਫਿਜ਼ੀਕਲ ਕੁਛ ਨਾ ਕੁਛ, ਬਾਡੀ ਦੀ ਸੈਂਸੇਸ਼ਨਸ, ਬਾਡੀ ਦਾ ਟੈਂਪਰੇਚਰ, ਇਹ ਸਾਰੀਆਂ ਚੀਜ਼ਾਂ ਉਹਨੂੰ ਰੈਗੂਲੇਟ ਕਰ ਰਹੀਆਂ ਹੁੰਦੀਆਂ, ਪਰ ਉਹਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ।